ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਜੀ ਕੇ ਫੈਨ ਵਿੱਚ। ਸੋ ਅੱਜ ਆਪਾਂ ਡਿਸਕਸ ਕਰਾਂਗੇ ਕਰੰਟ ਅਫੇਅਰਸ ਜੁਲਾਈ ਮੰਥ 2019। ਸੋ ਇਸ ਵੀਡੀਓ ਦਾ ਮੈਂ ਸੈਕਿੰਡ ਪਾਰਟ ਤੁਹਾਡੇ ਲਈ ਲੈ ਕੇ ਆ ਰਿਹਾ। ਇਸ ਵੀਡੀਓ ਦੇ ਵਿੱਚ ਆਪਾਂ ਕਰੰਟ ਅਫੇਅਰਸ ਡਿਸਕਸ ਕਰਾਂਗੇ ਜੁਲਾਈ 2019 ਦੇ ਜਿੰਨੇ ਵੀ ਇੰਪੋਰਟੈਂਟ ਕੁਸਚਨ ਹੋਣਗੇ ਪੰਜਾਬੀ ਵਿੱਚ ਡਿਸਕਸ ਹੋਣਗੇ। ਅਗਰ ਤੁਸੀਂ ਵੀਡੀਓ ਸਾਡੀ ਫਸਟ ਟਾਈਮ ਦੇਖ ਰਹੇ ਹੋ ਤਾਂ ਸਾਡੇ ਯੂਟਿਊਬ ਚੈਨਲ ਜੀ ਕੇ ਫੈਨ ਨੂੰ ਸਬਸਕ੍ਰਾਈਬ ਕਰ ਲਓ। ਸੋ ਚਲੀਏ ਸਟਾਰਟ ਕਰਦੇ ਹਾਂ ਇਸ ਦੀ ਵੀਡੀਓ। ਅੱਜ ਦਾ ਪਹਿਲਾ ਕੁਸ਼ਚਨ ਹੈ ਜੀ, ਵਿਸ਼ਵ ਸੋਸ਼ਲ ਮੀਡੀਆ ਦਿਵਸ ਕਦੋਂ ਮਨਾਇਆ ਜਾਂਦਾ ਹੈ? ਸੋ ਵਿਸ਼ਵ ਸੋਸ਼ਲ ਮੀਡੀਆ ਦਿਵਸ ਮਨਾਇਆ ਜਾਂਦਾ ਜੀ 30 ਜੂਨ ਨੂੰ। 30 ਜੂਨ ਨੂੰ ਹਰ ਸਾਲ ਮਨਾਇਆ ਜਾਂਦਾ ਇਹ ਸੋਸ਼ਲ ਮੀਡੀਆ ਦਿਵਸ। 2010 ਤੋਂ ਮਨਾਉਣਾ ਸ਼ੁਰੂ ਹੋਇਆ ਇਹ, ਅਤੇ ਹੁਣ ਤੱਕ ਆਪਾਂ ਮਨਾਉਣੇ ਆ ਰਹੇ ਹਾਂ, ਹਰ ਸਾਲ ਅਸੀਂ ਮਨਾਉਂਦੇ 30 ਜੂਨ ਨੂੰ ਸੋਸ਼ਲ ਮੀਡੀਆ ਦਿਵਸ। ਨੈਕਸਟ ਕੁਸ਼ਚਨ ਹੈ ਜੀ, ਭਾਰਤ ਕਿਹੜੇ ਦੇਸ਼ ਦੀ ਸਟਰਾਮ ਅਟਾਕਾ ਐਂਟੀ ਟੈਂਕ ਮਿਜ਼ਾਇਲ ਖਰੀਦਣ ਜਾ ਰਿਹਾ ਹੈ? ਸੋ ਕਿਹੜੇ ਦੇਸ਼ ਦੀ ਮਿਜ਼ਾਇਲ ਹੈ ਇਹ ਜਿਸ ਦਾ ਨਾਮ ਹੈ ਸਟਰਾਮ ਅਟਾਕਾ? ਇਹ ਐਂਟੀ ਟੈਂਕ ਮਿਜ਼ਾਇਲ ਹੈ। ਸੋ ਇਹ ਜਿਹੜੀ ਆਪਾਂ ਖਰੀਦਣ ਜਾ ਰਹੇ ਹਾਂ, ਇਹ ਖਰੀਦਣ ਜਾ ਰਹੇ ਹਾਂ ਰਸ਼ੀਆ ਤੋਂ, ਰਸ਼ੀਆ ਕੰਟਰੀ ਤੋਂ ਖਰੀਦਾਂਗੇ ਇਹ। ਸੋ ਜਿਹੜੀ ਰਸ਼ੀਆ ਕੰਟਰੀ ਹੈ, ਵਰਲਡਸ ਲਾਰਜੈਸਟ ਕੰਟਰੀ, ਵਰਲਡ ਦੀ ਸਭ ਤੋਂ ਵੱਡੀ ਕੰਟਰੀ ਹੈ, ਲਾਰਜੈਸਟ ਕੰਟਰੀ ਹੈ। ਰਸ਼ੀਆ ਦੀ ਜਿਹੜੀ ਕੈਪੀਟਲ ਹੈ, ਕੈਪੀਟਲ ਹੈਗੀ ਹੈ ਮੋਸਕੋ। ਐਂਡ ਰਸ਼ੀਆ 'ਚ ਜਿਹੜੀ ਕਰੰਸੀ ਚੱਲਦੀ ਹੈ, ਕਰੰਸੀ ਚੱਲਦੀ ਹੈ ਰੱਬਲ। ਅਤੇ ਰਸ਼ੀਆ ਦੇ ਜਿਹੜੇ ਇਸ ਟਾਈਮ ਦੇ ਪ੍ਰੈਜ਼ੀਡੈਂਟ ਨੇ ਉਹ ਹੈਗੇ ਜੀ ਵਲਾਦਮੀਰ ਪੁਤਿਨ। ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਰਸ਼ੀਆ ਬਾਰੇ ਯਾਦ ਹੋਣੀਆਂ ਚਾਹੀਦੀਆਂ ਨੇ। ਸੋ ਜਿਹੜੀ ਸਟਾਰਮ ਅਟਾਕਾ ਮਿਜ਼ਾਇਲ ਹੈ, ਇਹ ਐਂਟੀ ਟੈਂਕ ਮਿਜ਼ਾਇਲ ਹੈ, ਕਿ ਟੈਂਕਾਂ ਨੂੰ ਖਤਮ ਕਰਨ ਲਈ ਇਹ ਮਿਜ਼ਾਇਲ ਵਰਤੀ ਜਾਂਦੀ ਹੈ। ਸੋ ਮੈਂ ਤੁਹਾਨੂੰ ਫੋਟੋ ਦਿਖਾ ਦਿੰਦਾ ਜੀ, ਇਹ ਦੇਖੋ ਜੀ ਹੈਲੀਕਾਪਟਰ ਦੇ ਵਿੱਚ ਲੱਗੀ ਹੋਈ ਹੈ, ਇਹ ਲੱਗੀ ਹੋਈ ਹੈ ਮਿਜ਼ਾਇਲ, ਜਿਹੜਾ ਸਰਕਲ ਕਰਿਆ ਹੋਇਆ ਰੈੱਡ ਕਲਰ ਦਾ, ਇਹ ਹੈਗੇ ਜੀ ਮਿਜ਼ਾਇਲ ਜਿਸ ਦਾ ਨਾਮ ਹੈ ਸਟਾਰਮ ਅਟਾਕਾ। ਇਹ ਅਸੀਂ ਹੁਣ ਖਰੀਦਣ ਜਾ ਰਹੇ ਹਾਂ ਰਸ਼ੀਆ ਤੋਂ। ਇਹ ਦੇਖੋ ਜੀ ਲਿਖਿਆ ਸਟਾਰਮ ਅਟਾਕਾ ਐਂਟੀ ਟੈਂਕ ਮਿਜ਼ਾਇਲ, ਭਾਰਤ ਕਾ ਨਿਆ ਹਥਿਆਰ। ਸੋ ਨੈਕਸਟ ਕੁਸ਼ਚਨ ਦੇਖਦੇ ਹਾਂ ਜੀ, ਆ ਪ੍ਰਾਈਮ ਮਿਨਿਸਟਰ ਟੂ ਰਿਮੈਂਬਰ ਮੈਮਰੀਜ਼ ਆਫ ਆ ਮਿਲਟਰੀ ਚੀਫ, ਇਹ ਕਿਤਾਬ ਦਾ ਨਾਮ ਹੈ ਜੀ। ਇਹ ਕਿਤਾਬ ਕਿਸਨੇ ਲਿਖੀ ਹੈ? ਨਵੀਂ ਲਿਖੀ ਗਈ ਹੈ ਇਹ ਕਿਤਾਬ। ਸੋ ਕਾਫੀ ਚਾਂਸਸ ਨੇ ਇਹਦੇ ਐਗਜ਼ਾਮ 'ਚ ਆਉਣ ਦੇ। ਮੈਂ ਦੁਬਾਰਾ ਨਾਮ ਦੱਸ ਦਿੰਦਾ ਜੀ, ਆ ਪ੍ਰਾਈਮ ਮਿਨਿਸਟਰ ਟੂ ਰਿਮੈਂਬਰ ਮੈਮਰੀਜ਼ ਆਫ ਮਿਲਟਰੀ ਚੀਫ, ਇਹ ਜਿਹੜੀ ਬੁੱਕ ਲਿਖੀ ਗਈ ਹੈ ਨੇਵੀ ਦੇ ਐਡਮਾਇਰਲ ਚੀਫ ਸੁਸ਼ੀਲ ਕੁਮਾਰ ਜੀ ਵੱਲੋਂ ਲਿਖੀ ਗਈ ਹੈ। ਸੁਸ਼ੀਲ ਕੁਮਾਰ ਜੀ ਨੇਵੀ ਦੇ ਐਡਮਾਇਰਲ ਨੇ, ਨੇਵੀ ਦੇ ਜਿਹੜੇ ਚੀਫ ਹੁੰਦੇ ਆ ਉਸ ਨੂੰ ਬੋਲਦੇ ਆ ਐਡਮਾਇਰਲ। ਸੋ ਸੁਸ਼ੀਲ ਕੁਮਾਰ ਜੀ ਨੇ ਲਿਖੀ ਹੋਈ ਹੈ ਇਹ ਕਿਤਾਬ। ਮੈਂ ਫੋਟੋ ਦਿਖਾ ਦਿੰਦਾ ਜੀ ਤੁਹਾਨੂੰ, ਇਹ ਬੁੱਕ ਦਾ ਕਵਰ ਹੈ, ਆ ਪ੍ਰਾਈਮ ਮਿਨਿਸਟਰ ਟੂ ਰਿਮੈਂਬਰ ਮੈਮਰੀਜ਼ ਆਫ ਆ ਮਿਲਟਰੀ ਚੀਫ ਐਡਮਾਇਰਲ ਸੁਸ਼ੀਲ ਕੁਮਾਰ। ਸੁਸ਼ੀਲ ਕੁਮਾਰ ਨੇਵੀ ਦੇ ਚੀਫ ਕਦੋਂ ਰਹੇ ਨੇ ਇਹ? 1998 ਤੋਂ ਲੈ ਕੇ 2001 ਦੇ ਵਿੱਚ ਇਹ ਚੀਫ ਸੀਗੇ ਨੇਵੀ ਦੇ। ਸੋ ਉਸ ਟਾਈਮ ਦਾ ਐਕਸਪੀਰੀਅੰਸ ਲਿਖਿਆ ਇਹਨਾਂ ਨੇ। ਨੈਕਸਟ ਹੈ ਜੀ, ਇੰਡੀਅਨ ਓਵਰਸੀਜ਼ ਬੈਂਕ ਦੇ ਨਵੇਂ MD ਕੌਣ ਬਣੇ ਹਨ? MD ਮੀਨਸ ਮੈਨੇਜਿੰਗ ਡਾਇਰੈਕਟਰ। ਸੋ ਇਹ ਬਣੇ ਨੇ ਜੀ ਕਰਨਮ ਸ਼ੇਖਰ, ਕਰਨਮ ਸ਼ੇਖਰ ਇੰਡੀਅਨ ਓਵਰਸੀਜ਼ ਬੈਂਕ ਦੇ ਨਵੇਂ MD ਬਣੇ ਹਨ, ਮੈਨੇਜਿੰਗ ਡਾਇਰੈਕਟਰ। ਮੈਂ ਫੋਟੋ ਦਿਖਾ ਦਿੰਦਾ ਜੀ, ਇਹ ਨੇ ਜੀ ਕਰਨਮ ਸ਼ੇਖਰ। ਸੋ ਇੰਡੀਅਨ ਓਵਰਸੀਜ਼ ਬੈਂਕ ਦਾ ਇਹ ਲੋਗੋ ਹੈ। ਤੋ ਇਹਨਾਂ ਦੀ ਟੈਗਲਾਈਨ ਹੈਗੀ ਹੈ ਜੀ ਗੁੱਡ ਪੀਪਲ ਟੂ ਗਰੋ ਵਿਦ, ਔਰ ਹਿੰਦੀ ਦੇ ਵਿੱਚ ਲਿਖਦੇ ਹੈ ਜੀ ਇਹ ਆਪਕੀ ਪ੍ਰਗਤੀ ਕਾ ਸੱਚਾ ਸਾਥੀ। ਸੋ ਟੈਗਲਾਈਨ ਵੀ ਪੁੱਛੀ ਜਾਂਦੀ ਹੈ ਅਗਰ ਤੁਸੀਂ ਕਿਸੇ ਬੈਂਕ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਕਾਫੀ ਇੰਪੋਰਟੈਂਟ ਹੁੰਦੀ ਹੈ, ਕਿਸੇ ਬੈਂਕ ਦੀ ਟੈਗਲਾਈਨ ਜਿਹੜੀ ਪੁੱਛੀ ਜਾਂਦੀ ਹੈ। ਸੋ ਇੰਡੀਅਨ ਓਵਰਸੀਜ਼ ਬੈਂਕ ਦੀ ਜਿਹੜੀ ਟੈਗਲਾਈਨ ਹੈਗੀ ਹੈ ਆਪਕੀ ਪ੍ਰਗਤੀ ਕਾ ਸੱਚਾ ਸਾਥੀ, ਅ ਗੁੱਡ ਪੀਪਲ ਟੂ ਗਰੋ ਵਿਦ। ਸੋ ਨੈਕਸਟ ਕੁਸ਼ਚਨ ਦੇਖਦੇ ਹਾਂ ਜੀ, ਰਾਸ਼ਟਰੀ ਡਾਕਟਰ ਦਿਵਸ ਕਦੋਂ ਮਨਾਇਆ ਜਾਂਦਾ ਹੈ? ਨੈਸ਼ਨਲ ਡਾਕਟਰਸ ਡੇ। ਸੋ ਜਿਹੜਾ ਨੈਸ਼ਨਲ ਡਾਕਟਰਸ ਡੇ ਅਸੀਂ ਮਨਾਉਂਦੇ ਹਾਂ 1 ਜੁਲਾਈ ਨੂੰ ਮਨਾਉਂਦੇ ਹਾਂ, 1 ਜੁਲਾਈ ਨੂੰ ਮਨਾਇਆ ਜਾਂਦਾ ਜੀ ਨੈਸ਼ਨਲ ਡਾਕਟਰ ਡੇ। ਸੋ ਇਸ ਦਿਨ ਕੀ ਹੈ, BC ਰੋਏ ਜਿਹੜੇ ਡਾਕਟਰ ਸੀਗੇ ਉਹਨਾਂ ਦਾ ਜਨਮ ਦਿਨ ਸੀਗਾ, ਕਾਫੀ ਮਹਾਨ ਡਾਕਟਰ ਸੀਗੇ ਇਹ। ਉਹਨਾਂ ਦਾ ਪੂਰਾ ਨਾਮ ਹੈ ਜੀ ਵਿਧਾਨ ਚੰਦਰ ਰੋਏ। ਸੋ ਵਿਧਾਨ ਚੰਦਰ ਰੋਏ, BC ਰੋਏ ਦਾ ਫੁੱਲ ਨੇਮ ਹੈ। ਸੋ ਹੀ ਵਾਜ਼ ਆ ਨਾ ਐਮੀਡੈਂਟ ਡਾਕਟਰ, ਐਮੀਡੈਂਟ ਬੋਲਦੇ ਜੀ ਮਹਾਨ, ਜਿਹੜਾ ਕਿਸੇ ਕੰਮ 'ਚ ਬਹੁਤ ਜ਼ਿਆਦਾ ਐਕਸਪਰਟ ਹੁੰਦਾ ਉਸ ਨੂੰ ਬੋਲਦੇ ਜੀ ਐਮੀਨੈਂਟ। ਹੀ ਵਾਜ਼ ਦਾ ਐਮੀਨੈਂਟ ਡਾਕਟਰ, ਹੀ ਬਿਲੋਂਗਸ ਟੂ ਬੰਗਾਲ। ਸੋ ਬੰਗਾਲ ਨੂੰ ਬਿਲੋਂਗ ਕਰਦੇ ਸੀਗੇ ਉਹ। ਉਹਨਾਂ ਦਾ ਜਿਹੜਾ ਜਨਮ ਦਿਨ ਹੁੰਦਾ ਉਹ ਹੁੰਦਾ ਜੀ 1 ਜੁਲਾਈ ਨੂੰ, ਇਸ ਕਰਕੇ ਅਸੀਂ 1 ਜੁਲਾਈ ਨੂੰ ਹਰ ਸਾਲ ਮਨਾਉਂਦੇ ਹਾਂ ਨੈਸ਼ਨਲ ਡਾਕਟਰਸ ਡੇ। ਇਹ ਮੈਂ ਫੋਟੋ ਦਿਖਾ ਦਿੰਦਾ ਜੀ, ਇਹ ਨੇ ਜੀ BC ਰੋਏ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਜਿਨ੍ਹਾਂ ਦੇ ਜਨਮ ਦਿਨ ਦੇ ਉੱਪਰ ਮਨਾਇਆ ਜਾਂਦਾ ਨੈਸ਼ਨਲ ਡਾਕਟਰਸ ਡੇ। ਸੋ ਨੈਕਸਟ ਕੁਸ਼ਚਨ ਹੈ ਜੀ, ਰਕੇਸ਼ ਸ਼ੁਕਲਾ ਜਿਨ੍ਹਾਂ ਦੀ ਰੀਸੈਂਟਲੀ ਮੌਤ ਹੋ ਗਈ ਹੈ, ਉਹ ਕਿਹੜੀ ਖੇਡ ਨਾਲ ਸੰਬੰਧ ਰੱਖਦੇ ਸੀਗੇ? ਸੋ ਸੰਬੰਧ ਰੱਖਦੇ ਸੀ ਜੀ ਕ੍ਰਿਕਟ ਦੇ ਨਾਲ, ਕ੍ਰਿਕਟਰ ਸੀਗੇ ਰਕੇਸ਼ ਸ਼ੁਕਲਾ ਜੀ। ਹੀ ਵਾਜ਼ ਅ ਐਮੀਨੈਂਟ ਇੰਡੀਅਨ ਕ੍ਰਿਕਟਰ,
ਸੋ ਕ੍ਰਿਕਟ ਦੇ ਮਹਾਨ ਖਿਡਾਰੀ ਸੀਗੇ ਇਹ, ਅਤੇ ਇਹ ਕਿੱਥੇ ਇਹਨਾਂ ਦੀ ਡੈਥ ਹੋਈ ਹੈ, ਹੀ ਵਾਸ ਡਾਈਡ ਇਨ ਆ ਦਿੱਲੀ, ਦਿੱਲੀ ਦੇ ਵਿੱਚ ਰੀਸੈਂਟਲੀ ਉਹਨਾਂ ਦਾ ਦੇਹਾਂਤ ਹੋ ਗਿਆ, ਰਕੇਸ਼ ਸ਼ੁਕਲਾ ਜੀ ਦਾ। ਅਤੇ ਉਹ ਰੀਪ੍ਰਜੈਂਟ ਕਿੱਥੋਂ ਕਿੱਥੋਂ ਕਰਦੇ ਸੀਗੇ, ਉਹ ਬਿਹਾਰ ਅਤੇ ਦਿੱਲੀ ਦੀ ਟੀਮ ਵੱਲੋਂ ਰੀਪ੍ਰਜੈਂਟ ਕਰਦੇ ਸੀ, ਬਿਹਾਰ ਅਤੇ ਦਿੱਲੀ ਦੀ ਟੀਮ ਵੱਲੋਂ ਖੇਡਦੇ ਸੀਗੇ ਉਹ। ਇਹ ਫੋਟੋ ਦਿਖਾ ਦੇਣਾ ਜੀ, ਇਹ ਨੇ ਜੀ ਰਕੇਸ਼ ਸ਼ੁਕਲਾ ਜੀ, ਜਿਨ੍ਹਾਂ ਦੀ ਹੁਣੀ ਰੀਸੈਂਟਲੀ ਦੇਹਾਂਤ ਹੋ ਗਿਆ। ਨੈਕਸਟ ਕੁਐਸਚਨ ਹੈ ਜੀ, ਚਾਰਟਰਡ ਅਕਾਊਂਟ ਦਿਵਸ ਕਦੋਂ ਮਨਾਇਆ ਜਾਂਦਾ ਹੈ? ਸੋ ਜਿਹੜਾ ਚਾਰਟਰਡ ਅਕਾਊਂਟ ਦਿਵਸ ਮਨਾਇਆ ਜਾਂਦਾ, ਇਹ ਮਨਾਇਆ ਜਾਂਦਾ ਜੀ 1 ਜੁਲਾਈ ਨੂੰ, 1 ਜੁਲਾਈ ਨੂੰ ਮਨਾਇਆ ਜਾਂਦਾ। ਸੋ ਇਸ ਦਿਨ ਕੀ ਹੈ, ICAI ਇਸਟੈਬਲਿਸ਼ ਹੋਇਆ ਸੀ, ਇਹ ਇੰਸਟੀਟਿਊਟ ਹੈ, ਇਹਦਾ ਪੂਰਾ ਨਾਮ ਹੈ ਜੀ ਇੰਸਟੀਟਿਊਟ ਆਫ ਚਾਰਟਰਡ ਅਕਾਊਂਟਸ ਆਫ ਇੰਡੀਆ। ਸੋ ਜਿਹੜਾ ਇਹ ਇੰਸਟੀਟਿਊਟ ਹੈ, ਇੰਸਟੀਟਿਊਟ ਆਫ ਚਾਰਟਰਡ ਅਕਾਊਂਟ ਆਫ ਇੰਡੀਆ, ਇਸ ਦਿਨ ਇਹ ਇਸਟੈਬਲਿਸ਼ ਹੋਇਆ ਸੀ 1 ਜੁਲਾਈ। ਇਟ ਵਾਸ ਇਸਟੈਬਲਿਸ਼ਡ ਔਨ 1 ਜੁਲਾਈ 1949। ਸੋ 1 ਜੁਲਾਈ 1949 ਦੇ ਵਿੱਚ ਇਸਟੈਬਲਿਸ਼ ਹੋਇਆ ਸੀ। ਸੋ ਐਸੇ ਕਰਕੇ ਅਸੀਂ ਮਨਾਉਂਦੇ ਹਾਂ ਹਰ ਸਾਲ 1 ਜੁਲਾਈ ਨੂੰ ਚਾਰਟਰਡ ਅਕਾਊਂਟਸ ਦਿਵਸ। 1 ਜੁਲਾਈ ਨੂੰ ਨੈਸ਼ਨਲ ਡਾਕਟਰਸ ਡੇ ਵੀ ਮਨਾਇਆ ਜਾਂਦਾ ਹੈ। ਅਤੇ ਜਿਹੜਾ ਇਹ ਚਾਰਟਰਡ ਅਕਾਊਂਟ, ਜਿਹੜਾ ਇਹ ਇੰਸਟੀਟਿਊਟ ਹੈ ਚਾਰਟਰਡ ਅਕਾਊਂਟਸ ਦਾ, ਇਸ ਦੇ ਜਿਹੜੇ ਫਾਊਂਡਰ ਸੀਗੇ, ਇਹਨਾਂ ਦਾ ਫਾਊਂਡਰ ਦਾ ਨਾਮ ਹੈ ਗੋਪਾਲ ਦਾਸ ਕਪਾਦੀਆ। ਸੋ ਨੈਕਸਟ ਕੁਐਸਚਨ ਹੈ ਜੀ, ਕਿਹੜੇ ਦੇਸ਼ ਨੇ 1 ਜੁਲਾਈ ਤੋਂ ਇੱਕ ਵਾਰੀ ਵਰਤੋਂ ਵਾਲੇ ਪਲਾਸਟਿਕ ਲਿਫਾਫੇ ਬੰਦ ਕਰ ਦਿੱਤੇ ਹਨ? ਸੋ ਜਿਹੜੇ ਪਲਾਸਟਿਕ ਪੋਲੀਥੀਨਸ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਸਿਰਫ 1 ਟਾਈਮ ਯੂਜ਼ ਕਰਦੇ ਹਾਂ, ਉਹ ਵਾਲੇ ਲਿਫਾਫੇ ਬੰਦ ਕਰ ਦਿੱਤੇ ਗਏ ਨੇ 1 ਜੁਲਾਈ ਤੋਂ। ਸੋ ਕਿਹੜੀ ਕੰਟਰੀ ਨੇ ਕੀਤੇ ਨੇ? ਇਹ ਕੀਤੇ ਜੀ ਨਿਊਜ਼ੀਲੈਂਡ ਨੇ। ਸੋ ਨਿਊਜ਼ੀਲੈਂਡ ਦੀ ਜਿਹੜੀ ਕੈਪਟਨ ਹੈਗੀ, ਕੈਪੀਟਲ ਹੈਗੀ ਹੈ ਵਿਲਿੰਗਟਨ। ਤੁਹਾਨੂੰ ਕੈਪੀਟਲ ਯਾਦ ਹੋਣੀ ਚਾਹੀਦੀ ਹੈ, ਨਿਊਜ਼ੀਲੈਂਡ ਦੀ ਕੈਪੀਟਲ ਹੈਗੀ ਜੀ ਵਿਲਿੰਗਟਨ। ਨਿਊਜ਼ੀਲੈਂਡ ਦੇ ਵਿੱਚ ਕਰੰਸੀ ਚੱਲਦੀ ਹੈ ਨਿਊਜ਼ੀਲੈਂਡ ਡਾਲਰ। ਸੋ ਨਿਊਜ਼ੀਲੈਂਡ ਡਾਲਰ ਚੱਲਦਾ ਜੀ ਇੱਥੇ। ਅਤੇ ਇੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ, ਉਹਨਾਂ ਦਾ ਨਾਮ ਹੈ ਜਕਿੰਡਾ ਆਰਡਰਨ, ਜਕਿੰਡਾ ਆਰਡਰਨ। ਸੋ ਨੈਕਸਟ ਕੁਐਸਚਨ, ਕਿਹੜੇ ਰਾਜ ਨੇ ਅਗਲੇ 2 ਮਹੀਨਿਆਂ ਵਿੱਚ 33 ਕਰੋੜ ਪੌਦੇ ਲਗਾਉਣ ਦੀ ਮਹੱਤਵਕਾਂਸ਼ੀ ਯੋਜਨਾ ਸ਼ੁਰੂਆਤ ਕੀਤੀ ਹੈ? ਸੋ ਕਿਹੜੀ ਸਟੇਟ ਹੈ ਜਿਸਨੇ ਇਹ 33 ਕਰੋੜ ਪੌਦੇ ਲਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ, ਜਿਸ ਨੂੰ ਨਾਮ ਦਿੱਤਾ ਗਿਆ ਹੈ ਮਹੱਤਵਕਾਂਕਸ਼ੀ? ਸੋ ਇਹ ਇੱਕ ਯੋਜਨਾ ਸਟਾਰਟ ਕੀਤੀ ਗਈ ਹੈ ਜਿਸ ਦੇ ਤਹਿਤ 33 ਕਰੋੜ ਪੌਦੇ ਲਗਾਏ ਜਾਣਗੇ ਆਉਣ ਵਾਲੇ 2 ਮਹੀਨਿਆਂ ਵਿੱਚ। ਸੋ ਬਹੁਤ ਹੀ ਵਧੀਆ ਕੰਮ ਸਟਾਰਟ ਕੀਤਾ ਹੈ, ਇਹ ਸਟਾਰਟ ਕੀਤਾ ਜੀ ਮਹਾਰਾਸ਼ਟਰਾ ਸਟੇਟ ਨੇ। ਸੋ ਮਹਾਰਾਸ਼ਟਰਾ ਸਟੇਟ ਦੀ ਤੁਹਾਨੂੰ ਕੈਪੀਟਲ ਪਤਾ ਹੋਣੀ ਚਾਹੀਦੀ ਹੈ, ਮਹਾਰਾਸ਼ਟਰਾ ਸਟੇਟ ਦੀ ਜਿਹੜੀ ਕੈਪੀਟਲ ਹੈਗੀ ਹੈ ਮੁੰਬਈ, ਐਂਡ ਮਹਾਰਾਸ਼ਟਰਾ ਦੇ ਜਿਹੜੇ ਮੁੱਖ ਮੰਤਰੀ ਨੇ, ਚੀਫ ਮਿਨਿਸਟਰ ਨੇ ਦੇਵੇਂਦਰ ਫੜਨਾਵਿਸ, ਅਤੇ ਮਹਾਰਾਸ਼ਟਰਾ ਦੇ ਜਿਹੜੇ ਗਵਰਨਰ ਨੇ ਉਹਨਾਂ ਦਾ ਨਾਮ ਹੈ ਜੀ ਸੀ ਵਿਦਿਆਸਾਗਰ ਰਾਓ। ਅਗਰ ਪੂਰਾ ਨਾਮ ਪੁੱਛਦੇ ਆ, ਪੂਰਾ ਨਾਮ ਹੈਗਾ ਜੀ ਚਿੰਨਾਮਨੀ ਵਿਦਿਆਸਾਗਰ ਰਾਓ। ਔਰ ਪੌਦੇ ਲਗਾਉਣ ਦੀ ਗੱਲ ਹੋਈ ਹੈ ਤਾਂ ਸਾਨੂੰ ਸਾਡੇ ਇਨਵਾਇਰਮੈਂਟ ਮਿਨਿਸਟਰ ਦਾ ਨਾਮ ਵੀ ਪਤਾ ਹੋਣਾ ਚਾਹੀਦਾ ਹੈ, ਸਾਡੇ ਜਿਹੜੇ ਇਨਵਾਇਰਮੈਂਟ ਮਿਨਿਸਟਰ ਨੇ ਉਹਨਾਂ ਦਾ ਨਾਮ ਹੈ ਜੀ ਪ੍ਰਕਾਸ਼ ਜਾਵੇਦਕਰ। ਸੋ ਥੈਂਕਸ ਫੋਰ ਵਾਚਿੰਗ ਦਿਸ ਵੀਡੀਓ। ਵੀਡੀਓ ਵਧੀਆ ਲੱਗੀ ਪਲੀਜ਼ ਵੱਧ ਤੋਂ ਵੱਧ ਲਾਈਕ ਕਰੋ। ਔਰ ਤੁਹਾਡਾ ਕੋਈ ਵੀ ਸੁਝਾਅ ਹੈ, ਕੋਈ ਸੁਜੈਸ਼ਨ ਹੈ, ਕੋਈ ਕੁਇਰੀ ਹੈ, ਜਾਂ ਤੁਹਾਨੂੰ ਕਿਸੇ ਸਪੈਸ਼ਲ ਟੋਪਿਕ ਦੇ ਉੱਪਰ ਵੀਡੀਓ ਚਾਹੀਦੀ ਹੈ, ਪਲੀਜ਼ ਰਾਈਟ ਇਨ ਅ ਕਮੈਂਟ ਬਾਕਸ। ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਜਿੰਨੇ ਤੁਹਾਡੇ ਕੋਲ ਵਟਸਐਪ ਜਾਂ ਫੇਸਬੁੱਕ ਗਰੁੱਪ ਨੇ ਉੱਥੇ ਸ਼ੇਅਰ ਕਰ ਦਿਓ। ਔਰ ਡੂ ਸਬਸਕ੍ਰਾਈਬ ਟੂ ਅਵਰ ਯੂਟਿਊਬ ਚੈਨਲ GK ਫੈਨਸ। ਹੁਣ ਲੋਗੋ ਆਏਗਾ ਸਕਰੀਨ ਦੇ ਉੱਪਰ, ਉਸ ਉੱਪਰ ਕਲਿੱਕ ਕਰਕੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਐਂਡ ਆਲਸੋ ਪ੍ਰੈਸ ਅ ਬੈਲ ਆਈਕਨ ਫੋਰ ਮੋਰ ਨੋਟੀਫਿਕੇਸ਼ਨਸ।